ढोलक ढोल कढ़ते वेखिए ना पाउंदे जिहड़े पाउंदे हुंदे ढोल पाया जिन्ने बंदे ने जां 20 50 बोतलां दबियां हुंदियां दबियां हुंदियां 20 50 बोतलां भी घर दी कढ़ी दियां दब के रखियां सुणियो एक बंदा ओह है जिहड़ा मेहनत नाल कम करदा हड्ड भन्न के खेत खेत गए है दोवें जणे एक ने ते अपने अपनी पैली विच 50 बोतलां दबियां होईयां ने कोई ना कोई लैण आ जांदा है बोतल कढ के रुपये 50 फड़ के रख लैंदा ते बोतल फड़ा दिंदा 50 100 बोतल दब के बैठा कम माड़ा कीता एक बंदा ओह है जिहड़ा पूरी मेहनत करदा बराबर जिमीदारी ओह है ओह अपने घरों रोटी पानी लैके गया दुपहरे रोटी खा के दोवें जणे ਉਹ ਦੁਪਹਿਰ ਵੇਲੇ ਮੰਜੇ ਤੇ ਪਿਆ ਹੈ ਇੱਕ ਪਾਸੇ ਬੜੀ ਸੋਹਣਾ ਬਿਸਤਰਾ ਵਿਛਾ ਕੇ ਪਿਆ ਹੈ ਪੈਲੀ ਚ ਉਹ ਜਿਹੜਾ ਗਰੀਬ ਹੈ ਉਹ ਕੰਮ ਕਰਦਾ ਕਰਦਾ ਰੋੜਿਆਂ ਦੇ ਉੱਤੇ ਹੀ ਪੈ ਗਿਆ ਉਹਨੂੰ ਨੀਂਦਰ ਆ ਗਈ ਐ ਨੀਂਦ ਆ ਗਈ ਪਰ ਜਿਹੜਾ ਦੂਜਾ ਹੈ ਜਿਹਨੇ ਬੋਤਲਾਂ ਪਾਈਆਂ ਨੇ ਉਹਨੂੰ ਨੀਂਦ ਨਹੀਂ ਆਉਂਦੀ ਉਹਦਾ ਦਿਲ ਐਂ ਧੜਕਦਾ ਰਹਿਣਾ ਹੈ ਇਧਰੋਂ ਵੀ ਪੁਲਿਸ ਨਾ ਆ ਜੇ ਇਧਰੋਂ ਵੀ ਛਾਪਾ ਨਾ ਵੱਜੇ ਕੋਈ ਮੇਰੀ ਸ਼ਿਕਾਇਤ ਨਾ ਕਰ ਦੇ ਉਹਦੀ ਨੀਂਦਰ ਤੇ ਹਰਾਮ ਹੋਈ ਪਈ ਹੈ ਆਖੋ ਸਤਨਾਮ ਉਹਦੀ ਨੀਂਦਰ ਹਰਾਮ ਗਲਤ ਕੰਮ ਜਦੋਂ ਬੰਦਾ ਕੋਈ ਕਰਦਾ ਉਸੇ ਦਿਨ ਉਸੇ ਵੇਲੇ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਗਲਤ ਕੰਮ ਕਰਨ ਵਾਲੇ ਨੂੰ ਸਹੀ ਨੀਂਦ ਨਹੀਂ ਆਉਂਦੀ ਦੇਖੋ ਜਿਹੜੀ ਸੁੱਖ ਦੀ ਨੀਂਦ ਬੰਦਾ ਇੱਕ ਨੰਬਰ ਦਾ ਕੰਮ ਕਰਨ ਵਾਲਾ ਸਹੀ ਕੰਮ ਕਰਨ ਵਾਲਾ ਸੌਂਦਾ ਹੈ ਨਾ ਦੋ ਨੰਬਰੀਏ ਤੇ ਤਰਸਦੇ ਨੇ ਕਦੇ ਉਹ ਨੀਂਦ ਆਵੇ ਜਿਹਨੂੰ ਕਹਿੰਦੇ ਡ੍ਰੀਮਲੈਸ ਸਲੀਪ ਕੋਈ ਸੁਪਨਾ ਨਾ ਆਵੇ ਐਦਾਂ ਦੀ ਨੀਂਦ ਆਵੇ ਭਾਵੇਂ ਬੰਦਾ ਅੱਧਾ ਘੰਟਾ ਹੀ ਸੌਵੇ ਅੱਧਾ ਘੰਟਾ ਸੌਵੇ ਉਹਦੀ ਬਾਡੀ ਦਾ ਸੈੱਲ ਸੈੱਲ ਚਾਰਜ ਹੋਵੇ ਸੈੱਲ ਉਹਦਾ ਇੱਕ ਇੱਕ ਚਾਰਜ ਹੋਵੇ ਇਹੋ ਜੀ ਨੀਂਦ ਆਵੇ ਤੇ ਇਹੋ ਜੀ ਨੀਂਦ ਦੋ ਨੰਬਰੀਏ ਤੇ ਤਰਸਦੇ ਐ ਆ ਜਿਹੜੇ ਗੱਲਾਂ ਕਰਦੇ ਨਾ ਆਪਾਂ ਲਾਲ ਬੱਤੀਆਂ 'ਚ ਜਾਂਦੇ ਐ ਇਹਨਾਂ ਦੇ ਘਰ ਸਮਾਨ ਬਥੇਰਾ ਰਸੋਈਆਂ ਭਰੀਆਂ ਪਈਆਂ ਕਹਿੰਦੇ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਵੇਚ ਵੇਚ ਨਸ਼ੇ ਰਸੋਈਆਂ ਸਮਾਨ ਨਾਲ ਭਰੀਆਂ ਪਈਆਂ ਪਰ ਇਹਨਾਂ ਨੂੰ ਖਾਣ ਦਾ ਹੁਕਮ ਨਹੀਂ ਡਾਕਟਰ ਕਹਿੰਦਾ ਜੇ ਖਾਏਗਾ ਮਰ ਜਾਏਗਾ ਬੈੱਡ ਇਹਨਾਂ ਦੇ ਘਰ ਬਹੁਤ ਵਧੀਆ ਨੇ ਪਰ ਇਹਨਾਂ ਨੂੰ ਸੌਣ ਦਾ ਹੁਕਮ ਨਹੀਂ ਇਹ ਤੁਹਾਡੇ ਵਾਲੀ ਨੀਂਦ ਸੌਂਦੇ ਆ ਕਿਤੇ ਨੌਜਵਾਨ ਵੀਰੋ ਭਾਈਓ ਜਿਹੜਾ ਬੰਦਾ ਹੱਕ ਸੱਚ ਦੀ ਕਮਾਈ ਕਰਦਾ ਗਲਤ ਕੰਮ ਯਾਰ ਪੁਲਿਸ ਦਾ ਕੀ ਡਰ ਹੈ ਜਦੋਂ ਅਸੀਂ ਕਹਿੰਦਾ ਬੋਤਲਾਂ ਪਾ ਕੇ ਬੈਠੇ ਆ ਬੰਦਾ ਬੇਫਿਕਰ ਹੋ ਕੇ ਜਿੱਥੇ ਪਿਆ ਪਿਆ ਤੇ ਮੇਰਾ ਕੀ ਵਿਗਾੜ ਲਓਗੇ ਮਾਰ ਲਓ ਛਾਪਾ ਜਿਹੜਾ ਮਾਰਦੇ ਹੋ ਕਰ ਲਓ ਤਲਾਸ਼ੀਆਂ ਜਿਹੜੀਆਂ ਕਰਨੀਆਂ ਨੇ ਕੰਮ ਗਲਤ ਕੀਤਾ ਹੀ ਕੋਈ ਨਹੀਂ ਜ਼ਿੰਦਗੀ 'ਚ ਮਾੜਾ ਕੰਮ ਕੀਤਾ ਹੀ ਕੋਈ ਨਹੀਂ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਜਦੋਂ ਬੰਦਾ ਪੈਸਾ ਤੇ ਇਕੱਠਾ ਹੋ ਜਾਏਗਾ ਮਾਇਆ ਤੇ ਇਕੱਠੀ ਹੋ ਜਾਏਗੀ ਚੇਤਾ ਰੱਖੀ ਤੇਰੀ ਨੀਂਦ ਹਰਾਮ ਹੋ ਜਾਣੀ ਹੈ ਉਸ ਦਿਨ ਤੋਂ ਬਾਅਦ ਤੂੰ ਟਿਕ ਕੇ ਸੌ ਨਹੀਂ ਸਕਦਾ ਇਹ ਜਿਹੜੇ ਵੱਡੇ ਵੱਡੇ ਬੰਦੇ ਲੱਗਦੇ ਆ ਨਾ ਜਿਹੜੇ ਪੈਸਾ ਕਮਾ ਲਿਆ ਗਲਤ ਕੰਮ ਕਰਕੇ ਇਹਨਾਂ ਨੂੰ ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸਹਿ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਮਹਾਰਾਜ ਇਹ ਤੇ ਚਮਕ ਦਮਕ ਬਹੁਤ ਹੈ ਕੱਪੜੇ ਲੀੜੇ ਬਹੁਤ ਸੋਹਣੇ ਹੀਰੇ ਜਵਾਹਰਾਤ ਚਮਕ ਬਹੁਤ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਉਹ ਕਹਿੰਦੇ ਚਮਕ ਦਮਕ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਦਿਸਹਿ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਜਿਹੜੇ ਕਾਨੇ ਜੇ ਹੁੰਦੇ ਨੇ ਨਾ ਜੀ ਕਾਨੇ ਜਦੋਂ ਸੜ ਜਾਣ ਤੇ ਸੁਨਹਿਰੀ ਸੁਨਹਿਰੀ ਹੋ ਜਾਂਦੇ ਆ ਵੇਖਣ ਨੂੰ ਤੇ ਚਮਕਣ ਲੱਗ ਜਾਂਦੇ ਜਦੋਂ ਸੂਰਜ ਦੀ ਰੌਸ਼ਨੀ ਸੜਿਆ ਹੋਇਆ ਕਾਨਿਆਂ ਤੇ ਪਊ ਸੜੇ ਕਾਨੇ ਤੇ ਜਦੋਂ ਰੌਸ਼ਨੀ ਪੈਂਦੀ ਹੈ ਨਾ ਸੂਰਜ ਦੀ ਐ ਚਮਕਦੇ ਐ ਪਰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਓਏ ਇਹਨਾਂ ਦੀ ਚਮਕ ਤੇ ਸੜਿਆਂ ਹੋਇਆਂ ਕਾਨਿਆਂ ਵਾਲੀ ਐ ਉੱਤੋਂ ਉੱਤੋਂ ਸੁਨਹਿਰੀ ਲੱਗਦੇ ਐ ਵਿੱਚੋਂ ਤੇ ਸੜੇ ਹੋਏ ਕਾਨੇ ਹੀ ਨੇ ਆਖੋ ਸਤਨਾਮ ਜੇ ਕਿਤੇ ਇਹੋ ਜਿਹੇ ਬੰਦਿਆਂ ਦੇ ਕਿਤੇ ਅੰਦਰ ਵੜ ਕੇ ਵੇਖੀਏ ਨਾ ਮਾਲਕ ਦੀ ਕਿਰਪਾ ਨਾਲ ਬੜੇ ਤਰ੍ਹਾਂ ਦੇ ਬੰਦਿਆਂ ਨਾਲ ਜ਼ਿੰਦਗੀ 'ਚ ਵਾਹ ਪੈਂਦਾ ਐ ਅੱਤ ਦੇ ਗਰੀਬ ਵੀ ਵੇਖੇ ਐ ਤੇ ਅੱਤ ਦੇ ਅਮੀਰ ਬੰਦੇ ਵੀ ਵੇਖੇ ਐ ਵਰਲਡ ਸਾਰਾ ਘੁੰਮਿਆ ਦੁਨੀਆ 'ਚ ਕੋਈ ਐਸਾ ਦੇਸ਼ ਨਹੀਂ ਜਿੱਥੇ ਜਾ ਕੇ ਨਹੀਂ ਵੇਖਿਆ ਆਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣ ਕਰਕੇ ਇਹਨਾਂ ਦੇ ਕੋਲ ਬਹਿਣ ਕਰਕੇ
ਇਹਨਾਂ ਇਹ ਜਿੱਥੇ ਜਿੱਥੇ ਗਏ ਐ ਸਾਨੂੰ ਵੀ ਲੈ ਕੇ ਗਏ ਐ ਜੇ ਇਹ ਅਮਰੀਕਾ ਵਿੱਚ ਨੇ ਤੇ ਸਾਨੂੰ ਵੀ ਅਮਰੀਕਾ ਲਗਾਏ ਐ ਇਹਨਾਂ ਦੇ ਜਿਸ ਪਾਸ ਬੈਠੇ ਆ ਸੋਹੀ ਐ ਇਹਨਾਂ ਦੇ ਕੋਲ ਬਹਿਣ ਦਾ ਹੀ ਪ੍ਰਤਾਪ ਐ ਸਾਰਾ ਤੇ ਸਾਰੀ ਦੁਨੀਆ ਘੁੰਮ ਕੇ ਤੇ ਸਾਰੇ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਐ ਇਹ ਜਿੰਨੇ ਅਮੀਰ ਬਹੁਤਾ ਬੰਦਾ 2 ਨੰਬਰ ਦਾ ਕੰਮ ਕਰਕੇ ਮਿਹਨਤ ਦੀ ਖੁਸ਼ਹਾਲੀ ਕੋਈ ਮਾੜੀ ਨਹੀਂ ਮਿਹਨਤ ਕਰਕੇ ਬਣਾਈਆਂ ਕੋਠੀਆਂ ਕੋਈ ਮਾੜੀਆਂ ਨਹੀਂ ਮਿਹਨਤ ਕਰਕੇ ਬਣਾਏ ਮਹਿਲ ਕੋਈ ਮਾੜੇ ਨਹੀਂ ਪਰ ਜਿੰਨੇ 2 ਨੰਬਰੀਏ ਗਲਤ ਕੰਮ ਕਰਨ ਵਾਲੇ ਉੱਪਰ ਚਲੇ ਜਾਂਦੇ ਐ ਉਹਨਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਭਗਤੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਾਧਾਣੀਆ ਤਿਉਂ ਮੱਥੇ ਧਰਮ ਰਾਏ ਜਿਹੜੇ ਪਾਪੀ ਮਾੜੇ ਕੰਮ ਕਰਨ ਵਾਲੇ ਆ ਕਹਿੰਦੇ ਸਾਰੀ ਰਾਤ ਹਾਏ ਹਾਏ ਇਧਰੋਂ ਵੀ ਫੋਨ ਨਾ ਆ ਜੇ ਕਿਤੇ ਉੱਥੇ ਨਾ ਕਿਤੇ ਪਤਾ ਲੱਗ ਜੇ ਐ ਨਾ ਹੋ ਜੇ ਉਹਦੀ ਨੀਂਦ ਹਰਾਮ ਧਰਮ ਰਾਏ ਜਿਹੜਾ ਰੱਬ ਦਾ ਨਿਯਮ ਹੈ ਪ੍ਰਮਾਤਮਾ ਦਾ ਨਿਯਮ ਹੈ ਜਿਹੜਾ ਉਹ ਕਹਿੰਦੇ ਮੱਥਦਾ ਹੈ ਬਾਹਰੋਂ ਤੇ ਚਾਟੀ ਬਹੁਤ ਵਧੀਆ ਲੱਗਦੀ ਜਦੋਂ ਆਪਾਂ ਦੁੱਧ ਰਿੜਕਦੇ ਸੀ ਪੁਰਾਣੇ ਸਮਿਆਂ 'ਚ ਪਤਾ ਹੀ ਹੈ ਲੈ ਹੁਣ ਤੁਸੀਂ ਮਸ਼ੀਨ ਉਹ ਜਿਹੜੀਆਂ ਆ ਗਈਆਂ ਰਿੜਕਣ ਵਾਲੀਆਂ ਮਸ਼ੀਨਾਂ ਨਹੀਂ ਚਾਟੀ ਦੇ ਉੱਤੇ ਐਦਾਂ ਮਸ਼ੀਨ ਚੱਲਦੀ ਹੈ ਬਾਹਰੋਂ ਤੇ ਐ ਲੱਗਦਾ ਹੈ ਵੀ ਬਹੁਤ ਵਧੀਆ ਹੈ ਪਰ ਦੁੱਧ ਦੀ ਚੱਕਰੀ ਤੇ ਅੰਦਰ ਘੁਮਾਈ ਪਈ ਹੈ ਆਖੋ ਸਤਨਾਮ ਇੱਥੇ ਕਹਿੰਦੇ ਵੀ ਧਰਮਰਾਜ ਜਿਹੜਾ ਹੈ ਧਰਮਰਾਜ ਤੇ ਪ੍ਰਮਾਤਮਾ ਦੇ ਨਿਯਮ ਨੇ ਜਿਹੜੇ ਧਰਮਰਾਜ ਕੋਈ ਬੰਦਾ ਨਹੀਂ ਪ੍ਰਮਾਤਮਾ ਦੇ ਅਸੂਲ ਨੇ ਕਾਨੂੰਨ ਨੂੰ ਧਰਮਰਾਜ ਕਹਿੰਦੇ ਆ ਉਹ ਜਿਹੜਾ ਅੰਦਰ ਕਾਨੂੰਨ ਹੈ ਕਹਿੰਦੇ ਉਹਨੇ ਤੇ ਚੱਕਰੀ ਘੁਮਾਈ ਪਈ ਅੰਦਰ ਜਿਵੇਂ ਮਧਾਣੀ ਚੱਲਦੀ ਹੈ ਤਿਉਂ ਮੱਥਾ ਹੈ ਧਰਮਰਾਏ ਜਿਵੇਂ ਮਧਾਣੀ ਚੱਲਦੀ ਹੈ ਐ ਬੁਰਾ ਹਾਲ ਹੋਇਆ ਹੁੰਦਾ ਅੰਦਰ ਉਹਨਾਂ ਦਾ ਚੱਕਰੀ ਘੁੰਮੀ ਪਈ ਹੈ ਯਾਰ ਸਿੱਧੀ ਜੀ ਗੱਲ ਸਮਝੋ ਵੇਖੋ ਹੋਰ ਸਿੱਧੀ ਜੀ ਗੱਲ ਸਮਝ ਲਓ ਵੀ ਜਿਹੜਾ ਬੰਦਾ ਆਪਣੀ ਘਰ ਵਾਲੀ ਨਾਲ ਪਿਆਰ ਕਰਦਾ ਮੰਨ ਲਓ ਉਹਦਾ ਘਰ ਵਾਲੀ ਨਾਲ ਕਨੈਕਸ਼ਨ ਹੈ ਪਿਆਰ ਹੈ ਰਿਸ਼ਤਾ ਹੋਇਆ ਹੈ ਲਾਵਾਂ ਲਈਆਂ ਨੇ ਬੱਚੇ ਨੇ ਕੋਈ ਟੈਨਸ਼ਨ ਨਹੀਂ ਘਰ ਆਉਂਦਾ ਹੈ ਫੋਨ ਇਦਾਂ ਰੱਖ ਦਿੰਦਾ ਘਰ ਵਾਲੀ ਚੁੱਕ ਲਵੇ ਬੱਚੇ ਚੁੱਕ ਲੈਣ ਜੋ ਮਰਜ਼ੀ ਵੇਖਣ ਅੱਛਾ ਜਿਹੜੇ ਬੰਦੇ ਨੂੰ ਹੋਰ ਕੋਈ ਫੋਨ ਆਉਂਦਾ ਹੈ 2 ਨੰਬਰੀ ਆ ਫੋਨ ਸਮਝ ਗਏ ਨਾ ਤੁਸੀਂ ਆਪੇ ਲੈ ਉਹ ਰੱਖੂ ਐ ਸਾਹਮਣੇ ਵੀ ਘਰ ਵਾਲੀ ਵੇਖ ਲੈ ਉਹ ਚੈੱਕ ਕਰ ਲੈ ਉਹ ਰੱਖੂ ਕਿਦਾਂ ਓਏ 2 ਨੰਬਰੀਆਂ ਦਾ ਦਿਲ ਤੇ ਇਦਾਂ ਇਦਾਂ ਹਰ ਵੇਲੇ ਧੜਕਦਾ ਹੀ ਰਹਿੰਦਾ ਵੀ ਹੁਣ ਵੀ ਪਤਾ ਨਾ ਲੱਗ ਜੇ ਹੁਣ ਵੀ ਇਹ ਕਲੀਅਰ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਆਪਾਂ ਪੜਿਆ ਕਹਿੰਦੇ ਦੇ ਕਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਹੁਣ ਸਮਝਾਇਆ ਬਹੁਤੀ ਵਾਰੀ ਇਹ ਗਿਆ ਵੀ ਇੱਕ ਚਿੱਤਰ ਹੈ ਇੱਕ ਗੁਪਤ ਹੈ ਕਹਿੰਦੇ ਇੱਕ ਸੱਜੇ ਮੋਢੇ ਤੇ ਬੈਠਾ ਇੱਕ ਖੱਬੇ ਮੋਢੇ ਤੇ ਬੈਠਾ ਹੈ ਇੱਕ ਸੱਜੇ ਮੋਢੇ ਤੇ ਬੈਠਾ ਹੈ ਇੱਕ ਖੱਬੇ ਮੋਢੇ ਤੇ ਬੈਠਾ ਹੈ ਤੇ ਜਿਹੜਾ ਵੀ ਉਹ ਮੋਢਿਆਂ ਤੇ ਬੈਠੇ ਹੈ ਜੋ ਜੋ ਅਸੀਂ ਕਰੀ ਜਾਂਦੇ ਹਾਂ ਉਹ ਕਹਿੰਦੇ ਲਿਖੀ ਜਾਂਦੇ ਹੈ ਜੋ ਅਸੀਂ ਕਰੀ ਜਾਂਦੇ ਹਾਂ ਨਾ ਉਹ ਸਾਰਾ ਕੁਝ ਨਾਲ ਦੀ ਨਾਲ ਹੀ ਲਿਖੀ ਜਾਂਦੇ ਹੈ ਅਸੀਂ ਕੀ ਕਰਦੇ ਹਾਂ ਤੇ ਇਸ ਹਿਸਾਬ ਨਾਲ ਤੇ ਸਾਡੇ ਚਿੱਤਰਗੁਪਤੀ ਬੌਲੇ ਹੋ ਜਾਣਗੇ ਸਾਡੇ ਮੋਢਿਆਂ ਤੇ ਬੈਠੇ ਜਿਹੜੇ ਬੌਲੇ ਆਪੇ ਹੀ ਹੋ ਜਾਣਗੇ ਇਸ ਵੇਲੇ ਆਪਾਂ ਐ ਬੈਠੇ ਉਹਨਾਂ ਨੇ ਲਿਖ ਲੈਣਾ ਪਹਿਲਾਂ ਵੀ ਬੰਦਾ ਬਹੁਤ ਚੰਗਾ ਹੈ ਬਹੁਤ ਨਾਮ ਜਪਦਾ 2 ਘੰਟੇ ਸਤਸੰਗ ਕਰਕੇ ਆਇਆ ਤੇ ਸ਼ਾਮ ਨੂੰ ਜਦੋਂ ਇਹਨੇ ਠੇਕੇ ਤੇ ਜਾ ਵੜਨਾ ਡਿਲੀਟ ਕਰੋ ਦੇ ਨਾਲ ਸਾਰਾ ਕੁਝ ਜਿਹੜਾ ਦਿਨੇ ਲਿਖਿਆ ਉਹ ਹੁਣ ਕੱਟੋ ਹੁਣ ਇਹ ਲਿਖੋ ਵੀ ਇਹ ਤੇ ਕੰਜਰ ਬੰਦਾ ਹੈ ਯਾਰ ਇਹ ਤੇ ਵਿਗੜਿਆ ਬੰਦਾ ਸਾਰੀ ਦੁਨੀਆ ਦੇ ਮਾੜੇ ਕੰਮ ਕਰਦਾ ਧੀਆਂ ਭੈਣਾਂ ਵੱਲ ਮਾੜਾ ਇਹ ਵੇਖਦਾ ਮਾੜਾ ਇਹ ਬੋਲਦਾ ਹੈ ਮਾੜਾ ਸਾਰੇ ਮਾੜੇ ਕੰਮ ਕਰਦਾ ਡਿਲੀਟ ਕਰੋ ਉਹ ਸਵੇਰੇ ਉੱਠਣਗੇ ਕਹਿਣਗੇ ਫੇਰ ਗੁਰਦੁਆਰੇ ਬੈਠਾ ਇਹ ਹੁਣ ਫੇਰ ਗੁਰਦੁਆਰੇ ਆ ਗਿਆ ਹੁਣ ਫੇਰ ਲਿਖਣਗੇ ਬੰਦਾ ਬਹੁਤ ਚੰਗਾ ਹੈ ਜਦੋਂ ਜਾ ਕੇ ਇਹਨੇ ਵੱਟਾਂ ਵੱਢਣੀਆਂ ਨੇ ਫੇਰ ਡਿਲੀਟ ਕਰੋ ਕਹਿਣਗੇ ਤੇ ਦੁੱਧ 'ਚ ਪਾਣੀ ਪਾ ਕੇ ਭੇਜਦਾ ਬੰਦਾ ਕੋਈ ਮੈਂ ਕਹਿੰਦਾ ਉਹ ਬੌਲੇ ਹੋ ਜਾਣਗੇ ਲੀਡਰਾਂ ਵਾਲੇ ਚਿੱਤਰਗੁਪਤ ਵਾਲੇ ਹੀ ਬੌਲੇ ਹੋ ਜਾਣਗੇ ਜਿਹੜੇ ਲੀਡਰਾਂ ਦੇ ਮੋਢਿਆਂ ਤੇ ਬੈਠੇ ਹੋਣਗੇ ਉਹਦੇ ਪਾਗਲ ਹੀ ਕੰਨਾਂ 'ਚ ਟੱਕਰਾਂ ਮਾਰਦੇ ਹੋਣਗੇ ਵੀ ਬੰਦਾ ਕਰਦਾ ਕੀ ਗੱਡੀ 'ਚ ਕੀ ਗੱਲਾਂ ਕਰਦਾ ਸਟੇਜ ਤੇ ਕੀ ਬੋਲਦਾ ਇਹ ਵਾਅਦੇ ਕੀ ਕਰਦਾ ਕਰੂ ਇਹ ਕੀ ਸਹੀ ਗੱਲ ਹੈ ਲੀਡਰਾਂ ਦੇ ਚਿੱਤਰਗੁਪਤ ਕੰਧਰਾਂ 'ਚ ਟੱਕਰਾਂ ਮਾਰਨਗੇ ਵੀ ਹੱਦ ਹੋ ਗਈ ਯਾਰ ਨਾ ਜਿਹੜੇ ਹਿਸਾਬ ਨਾਲ ਸੁਣਾਇਆ ਅੱਜ ਤੱਕ ਚਿੱਤਰਗੁਪਤ ਕੋਈ ਮੋਢਿਆਂ ਤੇ ਬੈਠੇ ਹੋਏ ਨਹੀਂ ਸੁਣਾਇਆ ਇਦਾਂ ਇੱਥੇ ਜੇ ਸਮਝੋਗੇ ਤੁਸੀਂ ਫੇਰ ਪਤਾ ਲੱਗਦਾ ਹੈ ਵੀ ਚਿੱਤਰਗੁਪਤ ਹੈ ਕੀ ਆ ਅਸਲ ਵਿੱਚ ਜਿਹੜਾ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ
ਇਹ ਮੇਰਾ ਹੈ ਪ੍ਰਗਟ ਚਿੱਤਰ ਤੇ ਜਿਹੜਾ ਮੇਰੇ ਅੰਦਰ ਵਿਚਾਰ ਚੱਲਦੇ ਨੇ ਇਹ ਮੇਰਾ ਤਨ ਹੈ ਇਹ ਪ੍ਰਗਟ ਚਿੱਤਰ ਹੈ ਤੇ ਇੱਕ ਮੇਰਾ ਮਨ ਹੈ ਮਨ ਕੀ ਹੋਇਆ ਫਿਰ ਬੋਲੋ ਗੁਪਤ ਚਿੱਤਰ ਆ ਮੇਰਾ ਪ੍ਰਗਟ ਚਿੱਤਰ ਅੰਦਰ ਜੋ ਮੇਰੇ ਚੱਲਦਾ ਹੈ ਉਹ ਗੁਪਤ ਤੁਹਾਨੂੰ ਕੀ ਪਤਾ ਮੇਰੇ ਅੰਦਰ ਕੀ ਚੱਲਦਾ ਗੁਪਤ ਲੀਡਰ ਉੱਤੋਂ ਨਹੀਂ ਕਿ ਉੱਤੋਂ ਤੇ ਇਦਾਂ ਹੀ ਕਹਿੰਦੇ ਆ ਵੀ ਬਸ ਕਿਰਪਾ ਕਰੋ ਸਾਨੂੰ ਇੱਕ ਮੌਕਾ ਦੇ ਦਿਓ ਜੀ ਇਦਾਂ ਹੀ ਕਹਿੰਦੇ ਆ ਹੁਣ ਉਹ ਅੰਦਰ ਉਹਨਾਂ ਦੇ ਕੀ ਚੱਲਦਾ ਸਾਨੂੰ ਕੀ ਪਤਾ ਹੈ ਵੀ ਅਗਲਾ 5-4 ਕਰੋੜ ਐਵੇਂ ਥੋੜਾ ਲਾਉਣ ਲੱਗਿਆ ਜੇ 5-4 ਕਰੋੜ ਦੀ ਸ਼ਰਾਬ ਪਿਆਊ ਆਪ ਕਿੰਨਾ ਕੁ ਇਕੱਠਾ ਕਰੇਗਾ ਉਹ ਸੋਚ ਕੇ ਵੇਖੋ ਵੀ ਆਪ ਉਹ ਕੀ ਕੁਛ ਕਰੇਗਾ ਉੱਤੋਂ ਅੰਦਰ ਇਹਨਾਂ ਦੇ ਕੀ ਚੱਲਦਾ ਸਾਨੂੰ ਕੀ ਪਤਾ ਹੈ ਹੁਣ ਇੱਥੇ ਜਿਹੜਾ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਕਿਸੇ ਬੰਦੇ ਨੇ ਨਾ ਆਪਣੀ ਘਰਵਾਲੀ ਨਹੀਂ ਸੀ ਕਹਿੰਦੇ ਬਾਹਰ ਗਲਤ ਕੰਮ ਕਰਦਾ ਕਹਿੰਦਾ ਉਹ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ ਯਾਰ ਦੇ ਕਵਾੜ ਬੂਆ ਬੰਦ ਹੈ ਅਨਕ ਪੜਦੇ ਮੈਂ ਪੜਦੇ ਲੱਗੇ ਐ ਕਿਹੜਾ ਕਿਸੇ ਨੇ ਵੇਖਿਆ ਪਰਦਾਰਾ ਸੰਗ ਫੱਕ ਹੈ ਇਸਤਰੀ ਪਰਾਈ ਹੈ ਜਾਂ ਮਰਦ ਬਗਾਨਾ ਮਰਦ ਹੈ ਕੋਈ ਜਾਂ ਬਗਾਨੀ ਇਸਤਰੀ ਹੈ ਕਹਿੰਦੇ ਕਿਹੜਾ ਕਿਸੇ ਨੂੰ ਪਤਾ ਲੱਗਿਆ ਹੈ ਪਰ ਇੱਥੇ ਗੁਰੂ ਜੀ ਕਹਿੰਦੇ ਤੇਰੇ ਅੰਦਰ ਗੁਪਤ ਚਿੱਤਰ ਤੇ ਬਣ ਗਿਆ ਨਾ ਇੱਕ ਕਿਸੇ ਨੂੰ ਨਹੀਂ ਪਤਾ ਤੇਰੇ ਆਪੇ ਨੂੰ ਤੀ ਪਤਾ ਵੀ ਫਲਾਣੇ ਥਾਂ ਤੇ ਫਲਾਣੀ ਕਰਤੂਤ ਕੀਤੀ ਸੀ ਫਲਾਣੇ ਥਾਂ ਤੇ ਆਹ ਕੰਮ ਮਾੜਾ ਕੀਤਾ ਸੀ ਕਿਸੇ ਨੂੰ ਨਹੀਂ ਪਤਾ ਤੈਨੂੰ ਤੇ ਪਤਾ ਹੈ ਵੀ ਫਲਾਣੇ ਦੀ ਚੋਰੀ ਕੀਤੀ ਸੀ ਫਲਾਣੇ ਦੇ ਪੈਸੇ ਚੱਕੇ ਸੀ ਫਲਾਣੇ ਦਾ ਮੋਬਾਈਲ ਖੋਇਆ ਹੈ ਫਲਾਣੇ ਦੀ ਘੜੀ ਹੈ ਇਹ ਮੇਰਾ ਫੋਨ ਨਹੀਂ ਇਹ ਚੋਰੀ ਕੀਤਾ ਹੋਇਆ ਹੈ ਇਹ ਮੇਰਾ ਪਰਸ ਨਹੀਂ ਇਹ ਚੋਰੀ ਕੀਤਾ ਹੋਇਆ ਹੈ ਕਿਸੇ ਨੂੰ ਨਹੀਂ ਪਤਾ ਓਏ ਤੇਰੇ ਆਪੇ ਨੂੰ ਤੇ ਪਤਾ ਹੈ ਉਹ ਤੇਰੇ ਅੰਦਰ ਪਿਕਚਰ ਖਿੱਚ ਲਈ ਉਹ ਪਿਕਚਰ ਖਿੱਚ ਕੇ ਤੇਰੇ ਮਾਈਂਡ ਵਿੱਚ ਸੇਵ ਹੋਈ ਪਈ ਹੈ ਜਿੰਨਾ ਚਿਰ ਜਿਉਂਦਾ ਰਹੇਗਾ ਉਹਨੇ ਹਿਸਾਬ ਕਿਤਾਬ ਮੰਗਦੇ ਹੀ ਰਹਿਣਾ ਹੈ ਭਾਵ ਉਹ ਲੇਖੇ ਲੈਂਦੀ ਰਹੇਗੀ ਕਿਵੇਂ ਵੇਖਿਓ ਗਲਤ ਕੰਮ ਕਰ ਲਿਆ ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ ਮਾੜਾ ਕੰਮ ਤੇ ਕਰ ਲਿਆ ਪਰ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ ਬੁੱਢਾ ਹੋ ਗਿਆ ਘਰ ਵਾਲੀ ਗੰਦਮੰਦ ਸਾਂਭਦੀ ਹੈ ਲੱਤਾਂ ਘੁੱਟਦੀ ਹੈ ਬਿਮਾਰ ਮੰਜੀ ਤੇ ਪਿਆ ਹੈ ਫਿਰ ਉਹਦਾ ਹੱਥ ਹੱਥਾਂ 'ਚ ਫੜ ਕੇ ਰੋਣ ਲੱਗ ਪੈਂਦਾ ਆਪ ਹੀ ਰੋਣ ਆਈ ਜਾਂਦਾ ਉਹ ਪੁੱਛਦੀ ਹੈ ਵੀ ਰੋਂਦਾ ਕਿਉਂ ਐ ਫਿਰ ਆਪ ਹੀ ਬੋਲਣ ਲੱਗ ਜਾਂਦਾ ਤੇਰੇ ਨਾਲ ਮੈਂ ਬਹੁਤ ਧੋਖਾ ਖਾਦਾ ਅੱਖਾਂ 'ਚੋਂ ਪਾਣੀ ਆਈ ਜਾਂਦਾ ਕਿਉਂ ਇਹ ਹੁਣ ਜਿਹੜੇ ਗੁਪਤ ਚਿੱਤਰ ਨੇ ਇਹ ਪੀੜ ਰਹੇ ਨੇ ਆਖੋ ਸਤਨਾਮ ਗਲਤ ਕੰਮ ਕਰਨ ਵਾਲਾ ਬੰਦਾ ਨਾਲ ਦੀ ਨਾਲ ਹੀ ਏਦਾਂ ਧੜਕਣ ਤੇਜ਼ ਰਹਿੰਦੀ ਹੈ ਜੀ ਉਹਦੀ ਜਿਹੜਾ ਬੰਦਾ ਆਪਣੇ ਪਰਿਵਾਰ ਤੋਂ ਬਾਹਰ ਸੰਬੰਧ ਬਣਾ ਲਵੇ ਨਜਾਇਜ਼ ਉਸ ਦਿਨ ਤੋਂ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਉਹਦੀ ਧੜਕਣ ਤੇਜ਼ ਹੋ ਜਾਂਦੀ ਹੈ ਗਲਤ ਕੰਮ ਕਰਨ ਵਾਲੇ ਦੇ ਸਾਹਮਣੇ ਆ ਜਾਂਦੀ ਹੈ ਪਿਕਚਰ ਸਾਰੀ ਲੇਖਾ ਦੇਏਗਾ ਲੇਖਾ ਦੇ ਰਿਹਾ ਹੈ ਆ ਹੁਣ ਆ ਗੱਲ ਚੱਲਦੀ ਹੈ ਨਾ ਵੇਖੋ ਆ ਹੁਣ ਗੱਲ ਕਰ ਰਿਹਾ ਵੀ ਕੋਈ ਮਾਂ ਪਿਓ ਨੂੰ ਧੋਖਾ ਦੇ ਰਿਹਾ ਫੋਨ ਲੁਕੋ ਕੇ ਰੱਖਦਾ ਹੈ ਕੋਈ ਘਰ ਵਾਲੀ ਨੂੰ ਧੋਖਾ ਦੇ ਰਿਹਾ ਫੋਨ ਲੁਕੋ ਕੇ ਰੱਖਦਾ ਹੈ ਕੋਈ ਆਪਣੇ ਨਿਆਣਿਆਂ ਨੂੰ ਧੋਖਾ ਦੇ ਰਿਹਾ ਜਾਂ ਧੋਖਾ ਦੇ ਰਹੀ ਹੈ ਚਾਹੇ ਕੋਈ ਬੀਬੀ ਚਾਹੇ ਵੀਰ ਭਰਾ ਆ ਹੁਣ ਗੱਲ ਚੱਲਦੀ ਹੈ ਨਾ ਇੱਥੇ ਲੈ ਹੁਣ ਵੇਖਿਓ ਹੱਥਾਂ 'ਚੋਂ ਪਸੀਨਾ ਆ ਜਾਏਗਾ ਉਹਨਾਂ ਦਾ ਜਿਹੜੇ ਇੱਥੇ ਬੈਠੇ ਇਹ ਪਸੀਨਾ ਆ ਜਾਊ ਹੱਥ ਹੱਥ ਚਿਪ ਚਿਪ ਕਰਨ ਲੱਗ ਜਾਣਗੇ ਜਿਹੜਾ ਸਹੀ ਹੈ ਉਹਨੂੰ ਕੁਛ ਨਹੀਂ ਹੋਣਾ ਉਹਨੇ ਕੀਤਾ ਹੀ ਕੁਛ ਨਹੀਂ ਆਖੋ ਸਤਨਾਮ ਧੜਕਣ ਚੈੱਕ ਕਰ ਲਓ ਤੇਜ਼ ਹੋ ਗਈ ਹੋਣੀ ਉਹਨਾਂ ਦੀ ਜਿਹੜੇ ਜਿਹੜੇ ਕਰਦੇ ਕੁਛ ਚੈੱਕ ਕਰ ਲਓ ਠਾ ਠਾ ਵੱਜਣ ਲੱਗ ਜਾਂਦਾ ਤੁਸੀਂ ਕਹਿੰਦੇ ਹੋ ਲੇਖਾ ਦੇਣਾ ਪਏਗਾ ਲੇਖਾ ਤੇ ਅੱਜ ਦੇਣਾ ਇੱਥੇ ਦੱਸ ਆ ਹੁਣ ਦੇਣਾ ਲੇਖਾ ਲੈ ਹੁਣ ਹੋਰ ਗੱਲ ਸੁਣੋ ਇਹਨੂੰ ਜੇ ਤੁਸੀਂ ਸੈਂਟੀਫਿਕ ਗੱਲ ਨੂੰ ਸਮਝ ਸਕੋ ਪਕੜੋ ਜਦੋਂ ਬੰਦਾ ਗਲਤ ਕੰਮ ਕਰਦਾ ਹੈ ਇੱਕ ਤੇ ਹੈ ਨਾਰਮਲ ਬੰਦਾ ਉਹ ਸਾਹ ਲੈਂਦਾ ਧੁੰਨੀ ਤੱਕ ਲੰਮਾ ਸਾਹ ਉਹਦਾ ਧੁੰਨੀ ਤੱਕ ਜਾਂਦਾ ਹੈ ਉਹਦੀ ਇਨਪੁੱਟ ਆਊਟਪੁੱਟ ਬੈਲੈਂਸ ਰਹਿੰਦੀ ਹੈ ਉਹਦੇ ਸਵਾਸ ਦੀ ਰਿਦਮ ਇਹ ਰਿਦਮ 'ਚ ਚੱਲਦਾ ਹੈ ਧੁੰਨੀ ਤੱਕ ਜਾਊ ਲੰਬਾ ਸਾਹ ਮੁੜ ਕੇ ਆਊ ਫਿਰ ਲੰਮਾ ਸਾਹ ਅੰਦਰ ਜਾਊ ਸਾਹ ਬਾਹਰ ਆਊ ਜਦੋਂ ਬੰਦਾ ਮਾੜਾ ਕੰਮ ਕਰ ਲੈਂਦਾ ਹੈ ਉਹਦੀ ਸਾਹ ਦੀ ਰਿਦਮ ਹਿੱਲ ਜਾਂਦੀ ਹੈ ਸਾਹ ਸਹੀ ਨਹੀਂ ਆਉਂਦਾ ਉਹਨੂੰ ਸਾਹ ਉਹਦਾ ਸਹੀ ਨਹੀਂ ਆਉਣਾ ਉਹਦੇ ਦਿਲ ਨੇ ਬਲੱਡ ਪੰਪ ਨਹੀਂ ਸਹੀ ਕਰਨਾ ਜਦੋਂ ਤੁਹਾਡੇ ਸਾਹ ਦੀ ਰਿਦਮ ਹਿੱਲੇਗੀ ਫਿਰ ਤੁਹਾਡੀ ਬਾਡੀ ਦੇ ਵਿੱਚ ਜਿਹੜੇ ਐਸਿਡ ਨੇ ਤੇਜ਼ਾਬ ਕਹਿੰਦੇ ਆ ਜਿਹਨੂੰ ਉਹਦਾ ਸਿਸਟਮ ਹਿੱਲ ਜਾਂਦਾ
ਸਾਹ ਹਿੱਲਣ ਕਰਕੇ ਸਰਕੂਲੇਸ਼ਨ ਹਿੱਲ ਜਾਂਦਾ ਹੈ ਇਸੇ ਕਰਕੇ ਬੀਪੀ ਦੀਆਂ ਪ੍ਰੋਬਲਮਾਂ ਆਉਣਗੀਆਂ ਇਹਦੇ ਕਰਕੇ ਸ਼ੂਗਰ ਦੀ ਪ੍ਰੋਬਲਮ ਹੋਏਗੀ ਇਹਦੇ ਕਰਕੇ ਪੇਟ ਦਾ ਸਿਸਟਮ ਖਰਾਬ ਹੋ ਜਾਂਦਾ ਹੈ ਖੱਟਿਆ ਕੀ ਖਸਮ ਵਸਾਰ ਕੀਏ ਰਸ ਭੋਗ ਰਸਾਂ ਭੋਗਾਂ 'ਚ ਪੈ ਗਿਆ ਮਾਲਕ ਦੇ ਨਿਯਮਾਂ ਨੂੰ ਛੱਡ ਕੇ ਗਲਤ ਕੰਮਾਂ ਵਿੱਚ ਪੈ ਗਿਆ ਪੜੋ ਖਸਮ ਵਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਆ ਬੜੇ ਰੋਗ ਲੱਗਣੇ ਆ ਇਹ ਗੱਲ ਇੱਥੇ ਨਿਬੜਦੀ ਨਹੀਂ ਵੀ ਤੂੰ ਬਾਹਰ ਸੰਬੰਧ ਬਣਾ ਲਿਆ ਤੇ ਇੱਥੇ ਨਿਬੜ ਗਿਆ ਇਹ ਨਿਬੜਨਾ ਨਹੀਂ ਇਹਨੇ ਪਤਾ ਹੀ ਨਹੀਂ ਤੈਨੂੰ ਕਿਹੜੇ ਕਿਹੜੇ ਰੋਗ ਲਾਉਣੇ ਆ ਫਿਰ ਡਾਕਟਰ ਆਏ ਹੱਥ ਖੜੇ ਕਰ ਦੇਣਗੇ ਤੇਰਾ ਕੋਈ ਇਲਾਜ ਨਹੀਂ ਆ ਜਿਹੜੇ ਬੋਤਲਾਂ ਪਾ ਕੇ ਬੈਠੇ ਆ ਜਿਹੜੇ ਚਿੱਟੇ ਵੇਚਦੇ ਆ ਇਹਨਾਂ ਨੂੰ ਉਹੋ ਜਿਹੇ ਰੋਗ ਲੱਗਦੇ ਆ ਆਪਾਂ ਸੋਚ ਵੀ ਨਹੀਂ ਸਕਦੇ ਗਲਤ ਕੰਮ ਕਰਨ ਵਾਲਾ ਬੰਦਾ ਸਹੀ ਸੌਂ ਨਹੀਂ ਸਕਦਾ ਮਾੜੇ ਕੰਮ ਕਰਨ ਵਾਲੇ ਬੰਦੇ ਨੂੰ ਇਹ ਪਤਾ ਹੀ ਨਹੀਂ ਤੁਹਾਨੂੰ ਕਿਹੜੇ ਕਿਹੜੇ ਰੋਗ ਲੱਗ ਜਾਣੇ ਆ ਆਪਾਂ ਕਹੀ ਜਾਂਦੇ ਆ ਦੋ ਨੰਬਰੀਏ ਤੇ ਨਜ਼ਾਰੇ ਲੈਂਦੇ ਆ ਉਹਦੇ ਤੇ ਬਾਜ ਬਣਾ ਲਿਆ ਤੇ ਕੋਠੀ ਵੇਖੋ ਕਿੰਨੀ ਵੱਡੀ ਓਏ ਉਹਦੀ ਕੋਠੀ ਨਾ ਵੇਖ ਉਹਦੇ ਅੰਦਰ ਵੇਖ ਕੀ ਚੱਲਦਾ ਹੈ ਸਾਰਾ ਕੁਝ ਹਿੱਲਿਆ ਪਿਆ ਹੈ ਤੂੰ ਸਹੀ ਚੱਲ ਰੋਟੀ ਇੱਕ ਖਾ ਲੈ ਭਾਵੇਂ ਪਰ ਗਲਤ ਕੰਮ ਨਾ ਜ਼ਿੰਦਗੀ 'ਚ ਕਰੀ ਹੱਕ ਦਾ ਖਾਵਾਂਗੇ ਹੱਕ ਦਾ